पंजाब दे नौजवान फर्जी ट्रैवलर एजेंटा तो रहन खबरदार। अते दुबई ते होर अरब देशां दे विच किसे भी नौजवान नूं कोई मुश्किल होवे ते पहल चैरिटेबल ट्रस्ट दे नाल संपर्क कर सकदे ने जोगिंदर सलारिया। खबर लैंदे आ गुरदासपुर तों। दुबई दे कारोबारी अते पहल चैरिटेबल ट्रस्ट चला रहे जोगिंदर सलारिया वालों अज बटाला विच इक प्रैस कॉन्फ्रेंस कीती गई। उत्थे उन्होंने कहा कि पंजाब दे ओ नौजवान जो दुबई जां फिर अरब देशां च रुजगार लई गए ने जां जाण दीआं तैयारियां कर रहे ने उन्हां नूं अपील है कि वह सही ट्रैवल एजेंटा राही ही विदेश कानूनी सही कानूनी ढंग दे नाल जाण तां कि उन्हां नूं किसे भी तरह की कोई दिक्कत ना आवे। जोगिंदर सलारिया ने दस्सिया कि कई बार उन्हां दे कोल ऐसे मामले आए हन कि पंजाबी जां भारती नौजवान जो दुबई च रुजगार लई गए ने उत्थे उन्हां नूं बहुत सारियां दिक्कतां आ रही ने तां परिवार पिछों पंजाब च बैठे उन्हां नूं कोई जानकारी नहीं हुंदी। उन्हां दा जी विदेश विच किस कंपनी विच काम करदा है। अते जोगिंदर सलारिया ने कहा कि विदेश बैठे हर नौजवान नूं चाहीदा कि वह अपनी सारी जानकारी हमेशा अपने परिवार नूं देवे तां जो वह किसी भी तरह की औकड़ च आउण ते उन्हां दी सही ढंग नाल मदद कर सके। होर की गलबात हुई है वेखदे आ खबर। हाँ, अज की जी प्रैस कॉन्फ्रेंस शहर बटाला दे विच हो रही हैगी है, उसका मेन मकसद यही हैगा कि आप जिहड़े साडे वीर विदेश दे विच जांदे हैगे आ ते किसी कारण करके उत्थे उन्हां नूं मुश्किलां दा सामना जो करना पैंदा हैगा कि क्योंकि कई बारी कानूनी इहो जिहे दा पेच आ जिहनां च फस जांदे आ क्योंकि उन्हां नूं पता नहीं हुंदा। एजेंट कई बारी सच झूठ बोल के उन्हां नूं पैसे लै के भेज देंदे, बाद च फोन नहीं चुकदे हैगे, परिवार नूं दिक्कतां हुंदियां हैगियां, परिवार ਜਿਹੜਾ ਹੈਗਾ ਉਹ ਉਸ ਚੀਜ਼ ਤੋਂ ਅਸਮਰਥ ਹੁੰਦਾ ਕਿ ਉਹ ਕਿਹਨਾਂ ਨਾਲ ਰਾਬਤਾ ਕਰੇ। ਤੋ ਪੀ ਸੀ ਟੀ ਹਿਊਮੈਨਿਟੀ, ਮੈਂ ਪਹਿਲੀ ਗੱਲ ਤਾਂ ਇਹ ਜ਼ਰੂਰ ਕਹਾਂਗਾ ਕਿ ਮੈਂ ਦੁਬਈ ਦੇ ਵਿੱਚ ਸਥਿਤ ਸਾਡਾ ਆਫਿਸ ਹੈਗਾ, ਮੈਂ ਬਹੁਤ ਹੀ ਧੰਨਵਾਦ ਕਰੂੰਗਾ ਆਪਣੇ ਸਾਡੇ ਬੜੇ ਹੀ ਰਿਸਪੈਕਟਡ ਜਿਹੜੇ ਹੈਗੇ ਆ ਉਹ ਹਿਜ਼ ਹਾਈਨੈਸ ਸ਼ੇਖ ਮੁਹੰਮਦ ਬਿਨ ਰਾਸ਼ਦ ਅਲ ਮਖਤੂਮ ਜੋ ਕਿ ਇਸ ਵੇਲੇ ਕਿੰਗ ਆਫ ਦੁਬਈ, ਪ੍ਰਾਈਮ ਮਿਨਿਸਟਰ ਐਂਡ ਵਾਈਸ ਪ੍ਰੈਜੀਡੈਂਟ ਆਫ UAE। ਉਹਨਾਂ ਦੀ ਇੰਟਰਨੈਸ਼ਨਲ ਹਿਊਮੈਨਿਟੇਰੀਅਨ ਸਿਟੀ ਜੋ ਕਿ ਦੁਬਈ ਦੇ ਵਿੱਚ ਸਥਿਤ ਹੈਗੀ ਹੈ, ਉਹਨਾਂ ਦੀ ਪੀ ਸੀ ਟੀ ਹਿਊਮੈਨਿਟੀ ਇੱਕ ਬਤੌਰ ਮੈਂਬਰ ਸੇਵਾਵਾਂ ਨਿਭਾ ਰਹੀ ਹੈਗੀ ਹੈ। ਸਾਨੂੰ ਬੜਾ ਮਾਣ ਹੈ ਕਿ ਜਿੰਨਾ ਅਸੀਂ ਪਿਆਰ ਆਪਣੀ ਜਨਮ ਭੂਮੀ ਨੂੰ ਕਰਦੇ ਹਾਂ ਔਰ ਇੰਨਾ ਹੀ ਆਪਣਾ ਜਿਹੜਾ ਸਾਡਾ ਪਿਆਰ ਆ ਸਿਰ ਝੁਕਦਾ ਉਸ ਕਰਮ ਭੂਮੀ ਨੂੰ ਕਿ ਸਾਡੇ ਪੰਜਾਬ ਦੇ ਕਾਫੀ ਵੀਰਾਂ ਨੂੰ ਜਿਹੜਾ ਇੱਕ ਜ਼ਿੰਦਗੀ ਨੂੰ ਸੰਵਾਰ ਦਾ ਇੱਕ ਮੌਕਾ ਦਿੱਤਾ ਔਰ ਬੜੇ ਅੱਛੇ ਤਰੀਕੇ ਨਾਲ ਪੰਜਾਬ ਦੇ ਵੀਰਾਂ ਨੇ ਜਾ ਕੇ ਉਸ ਦੁਬਈ ਦੀ ਡਿਵੈਲਪਮੈਂਟ ਦੇ ਵਿੱਚ, ਦੁਬਈ ਦੀ ਉਸਾਰੀ ਦੇ ਵਿੱਚ ਬੜਾ ਵੱਡਾ ਸਹਿਯੋਗ ਕੀਤਾ ਮਿਹਨਤ ਕਰਕੇ ਔਰ ਇੱਥੇ ਵੀ ਆਪਣੇ ਪਰਿਵਾਰਾਂ ਦੇ ਵਿੱਚ ਇੱਕ ਖੁਸ਼ੀ ਦਾ ਮਾਹੌਲ ਲਿਆਂਦਾ ਔਰ ਜਿੱਥੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਵੰਡੀਆਂ ਉੱਥੇ ਕੋਈ ਬਦਕਿਸਮਤੀ ਦੇ ਨਾਲ ਕਈ ਐਸੇ ਵੀਰ ਆ ਸਾਡੇ ਜਿਹੜੇ ਜਾ ਕੇ ਅਤੇ ਉਹਨਾਂ ਨੂੰ ਕਾਨੂੰਨ ਦਾ ਥੋੜ੍ਹਾ ਇਲਮ ਘੱਟ ਹੋਣ ਕਰਕੇ ਜਾਂ ਸਮਝੋ ਕਿ ਏਜੰਟਾਂ ਦੇ ਤਰਫੋਂ ਕਈ ਵਾਰੀ ਗੁੰਮਰਾਹ ਕੀਤਾ ਜਾਂਦਾ ਕਿ ਵਿਜ਼ਿਟ ਵੀਜ਼ੇ 'ਤੇ ਉਹਨਾਂ ਨੂੰ ਭੇਜ ਦਿੱਤਾ ਜਾਂਦਾ, ਬਾਅਦ 'ਚ ਸਾਰਨੀ ਲਈ ਜਾਂਦੀ। ਵਿਜ਼ਿਟ ਵੀਜ਼ੇ 'ਤੇ ਜਾ ਕੇ ਉੱਥੇ ਕੰਮ ਕਰਨਾ ਇੱਕ ਗੈਰ ਕਾਨੂੰਨੀ ਹੈ ਔਰ ਉੱਥੇ ਸਭ ਤੋਂ ਵੱਡੀ ਜੋ ਦਿੱਕਤ ਆਉਂਦੀ ਹੈਗੀ ਹੈ ਕਿ ਉਹ ਫਿਰ ਉਹਨਾਂ ਨੂੰ ਇੰਪਲੋਇਮੈਂਟ ਵੀਜ਼ੇ ਦੀ ਮੁਸ਼ਕਲ ਆਉਂਦੀ ਹੈ ਕਿ ਇੰਪਲੋਇਮੈਂਟ ਵੀਜ਼ਾ ਤੋਂ ਬਿਨਾਂ ਤੁਸੀਂ ਕੰਮ ਨਹੀਂ ਕਰ ਸਕਦੇ, ਲੇਕਿਨ ਉਹ ਸਾਡੇ ਜਿਹੜੇ ਵੀਰ ਆ ਉੱਥੋਂ ਦੀਆਂ ਮਹਿੰਗਾਈਆਂ ਕਰਕੇ ਉਹਨਾਂ ਨੂੰ ਮਜਬੂਰ ਜਿਹੜਾ ਹੈਗਾ ਉਹ ਫਿਰ ਕਦਮ ਉਠਾਉਣਾ ਪੈਂਦਾ ਕਿ ਉਹ ਕੰਮ ਕਰਦੇ ਆ ਗੈਰ ਕਾਨੂੰਨੀ ਤਰੀਕੇ ਨਾਲ, ਫਿਰ ਫੜੇ ਜਾਂਦੇ ਹੈਗੇ ਆ, ਫਿਰ ਜੇਲ੍ਹਾਂ ਦੇ ਪਿੱਛੇ ਉਹਨਾਂ ਨੂੰ ਜਾਣਾ ਪੈਂਦਾ ਔਰ ਪਰਿਵਾਰਾਂ ਨੂੰ ਖਾਸ ਕਰਕੇ ਜਿਹੜਾ ਵੀ ਉਹਨਾਂ ਦਾ ਕੋਈ ਪਰਿਵਾਰ ਦਾ ਜੀ ਬਾਹਰ ਗਿਆ ਹੁੰਦਾ ਕਿਸੇ ਵੀ ਤਰੀਕੇ ਗਿਆ ਹੁੰਦਾ, ਲੇਕਿਨ ਉਹ ਜ਼ਰੂਰ ਮੇਰੀ ਇਹ ਉਹਨਾਂ ਦੇ ਨੂੰ ਇੱਕ ਅਪੀਲ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਉਹ ਜ਼ਰੂਰ ਜਿਸ ਵੀ ਕੰਪਨੀ 'ਚ ਕੰਮ ਕਰਦੇ ਆ, ਜਿਸ ਕਿਸੇ ਦੋਸਤ ਨਾਲ ਰਹਿ ਰਹੇ ਹੈਗੇ ਆ, ਉਹ ਜ਼ਰੂਰ ਆਪਣੇ ਪਰਿਵਾਰ ਨਾਲ ਨੰਬਰ ਸ਼ੇਅਰ ਕਰਿਆ ਕਰੋ। ਕੋਈ ਆਪਣੀ ਪਾਸਪੋਰਟ ਦੀ ਕਾਪੀ, ਕੋਈ ਵੀਜ਼ੇ ਦੀ ਕਾਪੀ ਜਿਹੜੀ ਆ ਉਹ ਪਰਿਵਾਰ ਨੂੰ ਜ਼ਰੂਰ ਭੇਜਿਆ ਕਰੋ ਕਿ ਰੱਬ ਨਾ ਕਰੇ ਕਿਸੇ ਅਣਹੋਣੀ ਦੀ ਵਜ੍ਹਾ ਕਰਕੇ ਕਦੀ ਉਹਨਾਂ ਦੇ ਰਾਬਤਾ ਜਿਹੜਾ ਉਹ ਸੰਪਰਕ ਸਾਧਿਆ ਨਹੀਂ ਜਾਂਦਾ ਹੈਗਾ ਅਤੇ ਫਿਰ ਦਿੱਕਤ ਆਉਂਦੀ ਹੈ। ਪਰਿਵਾਰ ਜਦੋਂ ਰਾਬਤਾ ਕਰਦਾ ਸਾਡੇ ਨਾਲ ਰਾਬਤਾ ਕਰਦਾ ਹੈਗਾ ਔਰ ਸਾਨੂੰ ਥੋੜ੍ਹੀ ਮੁਸ਼ਕਲ ਇਹ ਆਉਂਦੀ ਹੈ ਕਿ ਉਹਨਾਂ ਦੇ ਪਰਿਵਾਰ ਤੋਂ ਨੰਬਰ ਨਹੀਂ ਮਿਲਦਾ, ਕੰਟੈਕਟ ਨੰਬਰ ਨਹੀਂ ਮਿਲਦਾ ਔਰ ਫਿਰ ਇੱਕ ਜੇਲ੍ਹ ਤੋਂ ਦੂਸਰੀ ਜੇਲ੍ਹ ਪੁਲਿਸ ਸਟੇਸ਼ਨਾਂ ਤੋਂ ਜਾ ਕੇ ਪਤਾ ਕਰਨਾ ਪੈਂਦਾ ਹੈਗਾ। ਅਤੇ ਅਸੀਂ ਇਹ ਚਾਹੁੰਦੇ ਹਾਂ ਕਿ ਪਰਿਵਾਰ ਜਿਹੜੇ ਹੈਗੇ ਆ ਜਦੋਂ ਵੀ ਬਾਹਰ ਕੋਈ ਵੀ ਜੀਵ ਉਹਨਾਂ ਦਾ ਜਾਂਦਾ ਹੈਗਾ ਉਹਨਾਂ ਨਾਲ ਸੰਪਰਕ ਸਾਧ ਕੇ ਰੱਖੋ, ਕੰਟੈਕਟ ਨੰਬਰ ਲੈ ਕੇ ਰੱਖੋ, ਕੋਈ ਪਾਸਪੋਰਟ ਦੀ ਕਾਪੀ, ਕੋਈ ਵੀਜ਼ੇ ਦੀ ਕਾਪੀ, ਕੁਛ ਨਾ ਕੁਛ ਜ਼ਰੂਰ ਲੈ ਕੇ ਰੱਖਿਆ ਕਰੋ ਤਾਂ ਕਿ ਆਸਾਨੀ ਨਾਲ ਜਿਹੜਾ ਹੈਗਾ ਉਹਨਾਂ ਤੱਕ ਪਹੁੰਚ ਕਰਕੇ ਅਤੇ ਉਹਨਾਂ ਨੂੰ ਕਾਨੂੰਨੀ ਸਹਾਇਤਾ ਦਿੱਤੀ ਜਾਵੇ।
भारत सरकार की तरफों मैं यही गल कहना चाहना कि साड़ी जो अंबैसीज है जनरल कौंसलेट ऑफिस है अच्छे काम कर रहे हैं, लेकिन अजे भी थोड़ी जरूरत है। जिस तरह मैं पहला भी ये कह चुका है कि साढ़े जिहड़े वीर है वो जो बाहरले मुल्कां च जांदे हैगे आ ते उन्हां नूं कई दिक्कतां दा सामना करना पैंदा, उन्हां नूं किसे वेले कानूनी सहायता चाहीदी हुंदी है क्योंकि किसे गैर कानूनी तरीके नाल जांदे हैगे आ, जिस तरह उन्हां नूं आउट पास की जरूरत पैंदी हैगी आ जां उन्हां नूं कोई कानूनी सहायता की जरूरत पैंदी है ते सानूं थोड़ा देखो हर कोई जाके उत्थे आकूपाइड हुंदा बिजी हुंदा हैगा बल्कि अपने अपने कम्मां दे विच। ते ਇਹ ਅਪੀਲ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਅੰਬੈਸੀਆਂ ਨੂੰ ਔਰ ਕੌਂਸਲੇਟ ਜਨਰਲ ਆਫਿਸਾਂ ਨੂੰ ਹੋਰ ਵੀ ਅੱਗੇ ਹੱਥ ਵਧਾਉਣਾ ਚਾਹੀਦਾ ਹੈ ਕਿ ਕਈ ਵਾਰੀ ਉੱਥੇ ਉਹ ਜਿਹੜੇ ਵੀਰ ਜਿਹੜੇ ਜਾ ਕੇ ਬੇਸਹਾਰਾ ਹੁੰਦੇ ਆ ਜਿਨ੍ਹਾਂ ਨੂੰ ਕੋਈ ਫਿਰ ਕੋਈ ਉਹਨਾਂ ਨੂੰ ਜ਼ਰੀਆ ਨਹੀਂ ਲੱਭਦਾ ਹੈਗਾ ਉਹਨਾਂ ਲਈ ਉਹਨਾਂ ਦੇ ਰਹਿਣ ਦਾ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਦੀ ਕਾਨੂੰਨੀ ਸਹਾਇਤਾ ਜਿਹੜੀ ਆ ਉਹ ਥੋੜ੍ਹੀ ਹੋਰ ਵਧਾਈ ਜਾਵੇ ਤਾਂ ਕਿ ਉਹ ਅਗਰ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਤਾਂ ਕਮ ਸੇ ਕਮ ਉਹਨਾਂ ਨੂੰ ਵਾਪਸ ਲਿਆਉਣ ਦੀ ਜਿਹੜੀ ਪ੍ਰਤੀਕਿਰਿਆ ਹੈਗੀ ਆ ਉਹ ਹੋਰ ਤੇਜ਼ ਕੀਤੀ ਜਾਵੇ ਜੋ ਕਿ ਆਪਾਂ ਹੁਣ ਪੰਜਾਬ ਦੇ ਵਿੱਚ ਰਹਿੰਦੇ ਹਾਂ ਪੰਜਾਬ ਨਾਲ ਤਾਲੁਕ ਰੱਖਦੇ ਹਾਂ ਔਰ ਪੰਜਾਬ ਸਰਕਾਰ ਨੂੰ ਵੀ ਮੇਰੇ ਤੁਹਾਡੇ ਚੈਨਲ ਰਾਹੀਂ ਇਹ ਅਪੀਲ ਆ ਕਿ ਉਹ ਵੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨਾਲ ਰਾਬਤਾ ਸਾਧ ਕੇ ਜਿਹੜੇ ਸਾਡੇ ਕਈ ਵੀਰ ਅੱਜ ਵੀ ਜੇਲ੍ਹਾਂ ਦੇ ਵਿੱਚ ਫਸੇ ਹੈਗੇ ਆ ਕਿਉਂਕਿ ਟਾਈਮ ਟਾਈਮ ਸਿਰ UAE ਦੀ ਸਰਕਾਰ ਜਿਸ ਤਰ੍ਹਾਂ ਹੁਣ ਰਮਜ਼ਾਨ ਦਾ ਮੁਬਾਰਕ ਮਹੀਨਾ ਚੱਲ ਰਿਹਾ ਹੈਗਾ ਇਹਦੀ ਈਦ ਦੇ ਟਾਈਮ ਦੇ ਉੱਤੇ ਕਾਫੀ ਵੀਰਾਂ ਨੂੰ ਉਹ ਰਿਲੀਜ਼ ਕਰਦੇ ਹੈਗੇ ਜਿਹੜੇ ਮਾਈਨਰ ਕੇਸਾਂ ਦੇ ਵਿੱਚ ਫਸੇ ਹੁੰਦੇ ਹੈਗੇ ਆ ਕਈਆਂ ਨੂੰ ਡੈਥ ਸੈਂਟੈਂਸ ਹੋਈ ਹੁੰਦੀ ਹੈਗੀ ਆ ਕਈਆਂ ਦਾ ਕੋਈ ਹੋਰ ਇਸ਼ੂ ਹੁੰਦਾ ਹੈਗਾ ਜਿਹਦੇ ਕਰਕੇ ਉੱਥੇ ਥੋੜ੍ਹੀ ਦਿੱਕਤਾਂ ਆਉਂਦੀਆਂ ਹੈਗੀਆਂ ਸੋ ਸਾਨੂੰ ਤੁਹਾਡੇ ਰਾਹੀਂ ਇਹੋ ਸੁਨੇਹਾ ਦੇਣਾ ਖਾਸ ਕਰਕੇ ਪਰਿਵਾਰਾਂ ਨੂੰ ਔਰ ਪੰਜਾਬ ਨੂੰ ਕਿ ਪੰਜਾਬ ਦੇ ਵਿੱਚ ਜਿਹੜੇ ਸਾਡੇ ਵੀਰ ਆ ਉਹ ਜ਼ਰੂਰ ਬਾਹਰਲੇ ਦੇਸ਼ਾਂ ਦੇ ਵਿੱਚ ਜਾਣ, ਲੇਕਿਨ ਉਹ ਕਾਨੂੰਨੀ ਤਰੀਕੇ ਨਾਲ ਜਾਣ, ਆਪਣੇ ਕਿਸੇ ਰਿਸ਼ਤੇਦਾਰ ਰਿਲੇਟਿਵ ਕੋਈ ਯਾਰ ਦੋਸਤ ਜਾਂ ਕੋਈ ਪਿੰਡ ਦੇ ਕਿਸੇ ਸੱਜਣ ਨੂੰ ਪੁੱਛ ਕੇ ਜਾਣ ਤਾਂ ਕਿ ਉੱਥੇ ਜਾ ਕੇ ਮੁੜ ਕੇ ਉਹਨਾਂ ਨੂੰ ਕੋਈ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ। ਗੁਰਦਾਸਪੁਰ ਤੋਂ ਲੱਕੀ ਰਾਜਪੂਤ ਦੀ ਰਿਪੋਰਟ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ, ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087।